ਗੁਆਂਢੀਆਂ ਦੀ ਆਪਸ ਦੇ ਵਿੱਚ ਖੂਨੀ ਝੜਪ ਹੋਈ, ਜਿਸ ਮੌਕੇ ਇੱਕ ਧਿਰ ਦੇ ਵੱਲੋਂ ਤਾਬੜਤੋੜ ਗੋਲੀਆਂ ਕੰਧ ਉੱਪਰੋਂ ਦੀ ਚਲਾਈਆਂ ਗਈਆਂ, ਜਿਸ ਦੇ ਨਾਲ ਇੱਕ ਬਜ਼ੁਰਗ ਮਾਤਾ ਦੀ ਮੌਤ ਹੋ ਗਈ ਔਰ ਦੂਜੀ ਧਿਰ ਦੀ ਇੱਕ ਬਜ਼ੁਰਗ ਜ਼ਖਮੀ ਹੋਈ ਹੈ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਲਵੰਡੀ ਸਾਬੋ ਦੇ ਪਿੰਡ ਰਾਈਆ ਦਾ ਇਹ ਪੂਰਾ ਮਾਮਲਾ ਹੈ। ਗੁਰਸੇਵ ਸਿੰਘ ਨੇ ਕੰਧ ਉੱਤੋਂ ਦੀ ਗੋਲੀਆਂ ਚਲਾਈਆਂ ਨੇ ਔਰ ਉਸਦੀ ਮਾਤਾ ਜਿਹੜੀ ਉਹ ਗੰਭੀਰ ਜ਼ਖਮੀ ਹੋ ਗਈ। ਗੋਲੀਆਂ ਚਲਾਉਣ ਵਾਲੇ ਗੁਰਸੇਵਕ ਸਿੰਘ ਅਤੇ ਉਸਦੀ ਪਤਨੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਸ ਸੰਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਰਾਈਆ ਪਿੰਡ ਦੇ ਵਿੱਚ ਦੋ ਘਰਾਂ ਦੀ ਮੋਟਰ ਦੇ ਝਗੜੇ ਨੂੰ ਲੈ ਕੇ ਲੜਾਈ ਹੋਈ, ਜਿਸ ਦੇ ਵਿੱਚ ਇੱਕ ਪਾਸੇ ਗੁਰਸੇਵਕ ਸਿੰਘ ਅਤੇ ਉਸਦੀ ਪਤਨੀ ਸੁਖਵਿੰਦਰ ਕੌਰ ਸੀ, ਦੂਜੇ ਪਾਸੇ ਬਲਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਵੀ ਕਥਿਤ ਦੋਸ਼ੀ ਗੁਰਸੇਵਕ ਸਿੰਘ ਦੀ ਮਾਤਾ ਤੇ ਹਮਲਾ ਕਰ ਦਿੱਤਾ, ਜਿਸ ਦੇ ਨਾਲ ਉਸਦੀ ਮਾਤਾ ਸੁਖਦੇਵ ਕੌਰ ਗੰਭੀਰ ਜ਼ਖਮੀ ਹੋ ਗਈ, ਜੋ ਕਿ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਸਪੀਟਲ ਦੇ ਵਿੱਚ ਲੜ ਰਹੀ ਹੈ। ਦੂਜੇ ਪਾਸੇ ਇੱਕ ਬਜ਼ੁਰਗ ਮਾਤਾ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਤਾਂ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਗੁਆਂਢੀਆਂ ਦਾ ਇਹ ਝਗੜਾ ਹੋਇਆ ਮੋਟਰ ਦੇ ਪਾਣੀ ਪਿੱਛੇ, ਇੱਕ ਸ਼ਖਸ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਮਿਲ ਕੇ ਕੰਧ ਉੱਪਰੋਂ ਦੀ ਤਾੜ ਤਾੜ ਗੋਲੀਆਂ ਚਲਾਈਆਂ ਗਈਆਂ। ਦੂਜੀ ਧਿਰ ਦੀ ਇੱਕ ਔਰਤ ਦੀ ਮੌਤ ਹੋ ਗਈ, ਆਰੋਪੀ ਦੀ ਮਾਂ ਜ਼ਖਮੀ ਹੋਈ ਹੈ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੋਸ਼ੀ ਦਾ ਲਾਇਸੈਂਸ ਕੈਂਸਲ ਕਰਨ ਵਾਸਤੇ ਪੁਲਿਸ ਦੇ ਵੱਲੋਂ ਰਿਪੋਰਟ ਵੀ ਭੇਜੀ ਗਈ ਹੈ। 17 ਤਰੀਕ ਨੂੰ ਲੜਾਈ ਹੋਈ ਸੀ ਅਤੇ ਇੱਕ ਪਾਸੇ ਸੁਖਪਾਲ ਕੌਰ ਆ ਅਤੇ ਇੱਕ ਪਾਸੇ ਸੁਖਦੇਵ ਕੌਰ ਇੰਜਲ ਹੋਈਆਂ ਸੀਗੀਆਂ ਅਤੇ ਸੁਖਪਾਲ ਕੌਰ ਦੀ ਅੱਜ ਮੌਤ ਹੋ ਗਈ ਆ। ਇਹਦੇ ਸੰਬੰਧ 'ਚ ਪਹਿਲਾਂ ਹੀ ਮੁਕੱਦਮਾ ਸਾਡੇ ਕੋਲ 125 ਨੰਬਰ 18824 'ਚ ਦਰਜ ਰਜਿਸਟਰ ਕੀਤਾ ਹੋਇਆ ਤਲਵੰਡੀ ਸਾਬੋ 'ਚ, ਅਤੇ ਅੱਜ ਜੁਰਮ 'ਚ ਵਾਧਾ ਕਰਕੇ ਇਹ 'ਚ ਦੋ ਦੋਸ਼ੀ ਰਜਿਸਟਰ ਕੀਤੇ ਜਾ ਚੁੱਕੇ ਨੇ ਪਹਿਲਾਂ ਹੀ ਅਤੇ ਅਸਲਾ ਬਰਾਮਦ ਕੀਤਾ ਜਾ ਚੁੱਕਾ। ਕੀ ਮਸਲਾ ਸੀ ਸਰ? ਇਹਨਾਂ ਦਾ ਆਪਦੀ ਪੁਰਾਣਾ ਮੋਟਰ ਦਾ ਝਗੜਾ ਚੱਲ ਰਿਹਾ ਸੀਗਾ, ਉਸ ਨੂੰ ਲੈ ਕੇ ਨਾ ਆਪ ਜੀ ਗੁਆਂਢੀ ਹੈਗੇ ਸਕੇ ਜੀ ਹੈਗੇ ਇਹਨਾਂ ਦਾ, ਉਹਨੂੰ ਝਗੜਾ ਹੋਇਆ ਸੀਗਾ। ਚਾਚੀ ਤਾਂ ਹੀ ਲੱਗਦੀ ਸੀ ਇਹ ਸਰ ਇਹਨਾਂ ਦੇ ਮੁੰਡੇ? ਹਾਂਜੀ, ਸਕੇ ਆਪ ਜੀ ਦੀ ਸਕੇ ਸੰਬੰਧੀ ਹੈ ਜੀ। ਕੌਣ ਸੀਗਾ ਮੁੰਡਾ ਜੀ, ਮਤਲਬ ਦੋਸ਼ੀ? ਦੋਸ਼ੀ ਗੁਰਸੇਵ ਸਿੰਘ ਆ ਅਤੇ ਉਹਦੀ ਘਰਵਾਲੀ ਸੁਖਵਿੰਦਰ ਕੌਰ ਆ ਜੀ, ਉਹਨਾਂ ਕੋਲ ਅਸਲਾ ਵੀ ਆਪਦਾ ਲਾਇਸੈਂਸੀ ਸੀਗਾ ਸੁਖਵਿੰਦਰ ਕੌਰ ਦੇ ਨਾਂ 'ਤੇ, ਉਹ ਬਰਾਮਦ ਕਰ ਲਿਆ ਸੀ ਕਬਜ਼ੇ 'ਚ ਲੈ ਲਿਆ ਅਤੇ ਕੈਂਸਲ ਉਹਨਾਂ ਦੀ ਆਪਣੇ ਕੈਂਸਲ ਕਰਨ ਵਾਸਤੇ ਰਿਪੋਰਟ ਭੇਜੀ ਜਾ ਚੁੱਕੀ ਉਹਨਾਂ ਦੀ ਸਾਕਸ਼ੀ, ਅਤੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਜੋੜੀ ਸ਼ਰਮਾ। ਮੌਤ ਕਿਹਦੀ ਹੋਈ ਹੈ ਸਰ? ਸੁਖਪਾਲ ਕੌਰ ਦੀ, ਦੂਸਰੀ ਪਾਰਟੀ ਦੀ। ਬਜਾ ਰੈਂਸ ਕੀ ਸੀ, ਮਤਲਬ ਮੋਟਰ ਦਾ ਮਸਲਾ ਸੀ? ਮੋਟਰ ਦਾ ਮਸਲਾ ਸੀ। ਕਹਿੰਦੇ ਇੱਕ ਹੋਰ ਵੀ ਇੰਜਰਡ ਹੈ ਜੀ? ਹਾਂਜੀ, ਉਹ ਗੁਰਸੇਵ ਸਿੰਘ ਦੀ ਮਾਤਾ ਵੀ ਦਾਖਲ ਆ ਗਈ, ਉਹਦੀ ਵੀ ਸੱਟਾਂ ਵੱਜੀਆਂ ਹੋਈਆਂ ਨੇ, ਉਹਦੇ ਬਿਆਨ ਦਰਜ ਕੀਤੇ ਗਏ ਨੇ, ਕ੍ਰੋਸ ਕੇਸ ਦਰਜ ਕੀਤਾ ਗਿਆ। ਉਹ ਕੀ ਮਾਮਲਾ ਸੀ? ਉਹ ਵੀ ਉਹ ਇਹਨਾਂ ਨੇ ਦੂਜਿਆਂ ਨੇ ਮਾਰੀ ਜੀ? ਹਾਂ, ਦੂਸਰੀ ਧਿਰ ਨੇ ਮਾਰੀ। ਉਹਦੇ 'ਚ ਕੀ ਉਹ 'ਚ ਵੀ ਮੁਕੱਦਮਾ ਇਹ ਕ੍ਰੋਸ ਕੇਸ ਦਰਜ ਕੀਤਾ ਹੋਇਆ ਦੋਨਾਂ? ਉਹਦੇ 'ਚ ਦੋਸ਼ੀ ਕਿਹੜਾ ਬਣਾਇਆ ਜੀ? ਉਹ 'ਚ ਇਹਦੇ ਸੁਖਪਾਲ ਕੌਰ ਦੇ ਬੇਟੇ ਬਣਾਏ ਹੋਏ। ਕੀ ਨਾਂ ਸਰ? ਇੱਕ ਦਾ ਨਾਂ ਤਾਂ ਹੈਗਾ ਜੀ ਕੁਲਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ, ਇਹ ਬਣਾਏ ਗਏ ਦੋਨੇ। ਅੱਛਾ ਜੀ, ਹਾਂਜੀ। ਅਤੇ ਹੁਣ ਗ੍ਰਿਫਤਾਰੀਆਂ ਹੋ ਚੁੱਕੀਆਂ ਸਰ? ਨਹੀਂ, ਇਹ ਇਸ ਪਾਰਟੀ ਦੀਆਂ ਰਹਿੰਦੀਆਂ ਗ੍ਰਿਫਤਾਰੀਆਂ ਕਰਨੀਆਂ, ਦੂਜੇ 'ਚ ਦੋ ਦੋਸ਼ੀ ਗ੍ਰਿਫਤਾਰ ਹੋਏ।